ਵਿੱਚ ਆ ਕੇ ਬੈਠਦੇ ਹਾਂ। ਜੋ ਗੁਰਬਾਣੀ ਬੋਲੀ ਜਾ ਰਹੀ ਹੈ ਮਹਾਂਪੁਰਖਾਂ ਵੱਲੋਂ ਸਾਡੇ ਧਿਆਨ ਦੇ ਅੰਦਰ ਜਾਵੇ, ਸਾਡੇ ਹਿਰਦੇ ਦੇ ਅੰਦਰ ਜਾਂਦੀ ਹੈ, ਫਿਰ ਜਦੋਂ ਅਸੀਂ ਗਾਉਂਦੇ ਹਾਂ ਫਿਰ ਇਹ ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ। ਤੇ ਜਦੋਂ ਆਪਾਂ ਗਾਵਾਂਗੇ ਪੂਰੇ ਵਜਦੇ ਵਿੱਚ ਜਾ ਕੇ, ਫਿਰ ਇਹ ਕਲਯੁਗ ਦੇ ਅੰਦਰ ਜੋ ਕੀਰਤਨ ਦੀ ਪ੍ਰਧਾਨਤਾ ਹੈ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਜਿਹੜਾ ਨਾਮ ਸਾਡੇ ਚਿੱਤ ਨਹੀਂ ਆਉਂਦਾ, ਬੜਾ ਜ਼ੋਰ ਲਾ ਲਾ ਕੇ ਆਪਾਂ ਜਪਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ ਕਿ ਇਸ ਦੀ ਸੋਝੀ ਪੈ ਜਾਵੇ, ਪਰ ਰਾਮ ਨਾਮ ਸੰਤਨ ਘਰ ਪਾਇਆ, ਇਹ ਸਾਧੂਆਂ ਦੇ ਘਰ ਦੀ ਬਾਤ ਹੈ। ਆਪਾਂ ਦੁਕਾਨ ਤੇ ਜਾਂਦੇ ਹਾਂ, ਕਿੰਨੇ ਸੌਦੇ ਮਿਲਦੇ ਹਨ, ਪਰ ਇੱਥੇ ਵੀ ਇੱਕ ਸੌਦਾ ਆਪ ਜੀ ਲੈਣ ਆਏ ਹੋ, ਬਣਜਣ ਆਏ ਹੋ, ਉਹ ਕੀ ਹੈ? ਉਹ ਰਾਮ ਦਾ ਨਾਮ ਹੈ। ਉਹ ਬਣਜਣ ਵਾਸਤੇ ਆਪ ਜੀ ਸਾਰੇ ਇੱਥੇ ਪਹੁੰਚੇ ਹੋ। ਆਓ, ਮਹਾਂਪੁਰਖ ਆਪ ਜੀ ਦੇ ਰੂਬਰੂ ਹੋ ਰਹੇ ਹਨ। ਬੋਲੇ ਸੋਨਿਆ
ਜੀ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ, ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਬਹੁਤ ਹੀ ਪਿਆਰੀ ਹੈ ਨਗਰੀ ਮੌਜੋਵਾਲ, ਜਿੱਥੇ ਹਰ ਸਾਲ ਬਹੁਤ ਪਿਆਰੇ ਪ੍ਰਬੰਧਕ ਸਾਰੇ ਰਲ ਮਿਲ ਕਰਕੇ ਸੰਗਤ ਇਲਾਕਾ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਤਸੰਗ ਸਮਾਗਮ ਕਰਵਾਉਂਦੇ ਹਨ। ਤੁਸੀਂ ਸੁਣਿਆ ਹੈ ਕਿ ਕਿਵੇਂ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਸਤਸੰਗਤ ਉਹਨੂੰ ਕਿਹਾ ਹੈ ਕਿ ਜਿੱਥੇ ਬੈਠ ਕੇ ਨਾਮ ਨਾਲ ਜੁੜਿਆ ਜਾਵੇ। ਕਾਫੀ ਸਮੇਂ ਤੋਂ ਆਪ ਜੀ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਪ੍ਰਬੰਧਕਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਹੈ, ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ। ਕਿੰਨੀਆਂ ਸੇਵਾਵਾਂ ਇਸ ਨਗਰੀ ਨੂੰ ਮਿਲੀਆਂ, ਇਲਾਕੇ ਦੇ ਭਾਗ ਜਾਗੇ ਕਿ ਸਾਰੇ ਰਲ ਮਿਲ ਕਰਕੇ ਇਹ ਕਲਯੁਗ ਦੇ ਸਮੇਂ ਦੇ ਵਿੱਚ ਸਤਸੰਗ ਦੀਆਂ ਸੁਭਾਗ ਘੜੀਆਂ ਦਾ ਆਨੰਦ ਮਾਣ ਰਹੇ ਹਨ। ਸਤਸੰਗਤ ਥੋੜ੍ਹਾ ਜਿਹਾ ਵੀ ਹੋ ਜਾਵੇ ਇਹਦਾ ਫਲ ਕਿੰਨਾ ਹੈ, ਕਿਉਂਕਿ ਜਿੰਨਾ ਜਦ ਤੋਂ ਮਨ ਬਣਿਆ ਕਿ ਨਗਰ ਮੌਜੋਵਾਲ ਦੇ ਵਿੱਚ ਸਤਸੰਗ ਹੋਣਾ ਹੈ, ਕੰਮਾਂ ਕਾਰਾਂ ਨੂੰ ਛੇਤੀ ਨਿਪਟਾਇਆ, ਸਾਰੇ ਧੰਦੇ ਧੰਦਾਰਾਂ ਨੂੰ ਪਿੱਠ ਦੇ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚੇ ਹਨ। ਸਤਸੰਗਤ ਦਾ ਲਾਭ ਹੀ ਲਾਭ ਹੈ,
एक बारी दो बड़े महापुरख जिन्हां दे विच इक बहुत महान तपस्वी सन विश्वामित्र जी, वह कहन लगे वशिष्ठ जी नूं कि जिहड़ा ये तप दा फल ज्यादा है, सतसंगत की औखी हुंदी है, बैठ जो प्रबंध किन्ने सोहणे कीते जांदे ने, लंगर पानी दा प्रबंध है, होर सारा प्रबंध हुंदा है, गर्मियां विच हवा दा प्रबंध है, सर्दियां विच ठंडी हवा रोकण तों जतन कीते जांदे ने, संगत दी खुशी लई जांदी है, क्योंकि विच संगत हर पर वसै जीओ। हुण वशिष्ठ जी कहण लगे कि महापुरखो, आओ आपां इस दे उत्ते संवाद कर लैंदे हां, क्योंकि एक वाद हुंदा एक विवाद हुंदा है, वाद विवाद कहूं सियोना की जाए, इहदे विच तां बोलत बोलत बड़े बकारा, क्योंकि जे तां कोई साधु संत मिले, कहिंदे मिले संत सुणिया कही है, जे असंत मिल गया ओनू की करो, फिर तो कहिंदे मिले असंत मस्त होए रही है। हुण ये दो महात्मा का संवाद चलदा चलदा ये जिहड़े वड्डे देवते हैं एका माई जुगत ब्याई तीन चेले प्रवान, एक संसारी एक भंडारी एक लाए दीवान, ਉਹ ਵੇਖਿਆ ਉਹਨੇ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ। ਹੁਣ ਉਹਨਾਂ ਕੋਲ ਗਏ, ਹੁਣ ਸਾਰਿਆਂ ਨੇ ਸ਼ਿਵਜੀ ਬਰਮਾ ਜੀ ਵਿਸ਼ਨੂੰ ਜੀ ਇਹ ਕਹਿਣ ਲੱਗੇ ਕਿ ਇਸ ਦਾ ਤਾਂ ਅਸੀਂ ਦੱਸ ਨਹੀਂ ਸਕਦੇ, ਕਿਉਂਕਿ ਸਤਸੰਗਤ ਦੇ ਵਿੱਚ ਨਾਮ ਦੀ ਮਹਿਮਾ ਹੈ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, संत का संग वड भागी पाई है, संत की सेवा नाम ते आई है, नाम तुल नाम दे बराबर कोई है नहीं, तल कुछ अवर न होए, नानक गुरमुख नाम पावे जन कोए। शेष नाग जी कोल चलदे हां, ओ सारे देवते इकट्ठे हो के ये महापुरश दोवें वशिष्ठ जी विश्वामित्र जी ਜਦੋਂ ਸ਼ੇਸ਼ ਨਾਗ ਕੋਲ ਜਾਂਦੇ ਨੇ, ਉਹ ਕਹਿੰਦੇ ਮੈਂ ਤਾਂ ਰੋਜ਼ 2000 ਨਾਮ ਉਚਾਰਨ ਕਰਦਾ ਹਾਂ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਇਹ ਜਿਹੜੀ ਧਰਤੀ ਅਡੋਲ ਹੈ ਨਾਮ ਦੇ ਸਹਾਰੇ ਖੜੀ ਹੈ, ਇਸ ਕਰਕੇ ਮੈਨੂੰ ਤਾਂ ਵੇਲ ਨਹੀਂ ਇਸ ਗੱਲ ਦੀ, ਪਹਿਲਾਂ ਤੁਸੀਂ ਮਹਾਤਮ ਦੇਵੋ। ਹੁਣ ਵਿਸ਼ਵਾਮਿੱਤਰ ਜੀ ਨੇ ਆਪਣੇ ਤਪ ਦਾ ਪਹਿਲਾਂ 1000 ਸਾਲ, ਫਿਰ 10000, ਕਿੰਨਾ ਹਜ਼ਾਰਾਂ ਸਾਲਾਂ ਦੀ ਉਮਰ, ਤਪ ਵੀ ਬਹੁਤ ਲੰਬੇ ਹੁੰਦੇ ਦਿੱਤਾ, ਪਰ ਧਰਤੀਆਂ ਅਡੋਲ ਨਾ ਹੋਈਆਂ, ਡੋਲ ਰਹੀਆਂ ਹਨ। ਅਤੇ ਜਦੋਂ ਵਸ਼ਿਸ਼ਠ ਜੀ ਨੇ ਇੱਕ ਘੜੀ ਦਾ ਤਪ ਇਹ ਸਤਸੰਗ ਦਿੱਤਾ, ਤਾਂ ਉਹਦਾ ਨਾਲ ਧਰਤੀਆਂ ਡੋਲਣ ਤੋਂ ਹਟ ਗਈਆਂ। ਹੁਣ ਕਹਿਣ ਲੱਗੇ ਸ਼ੇਸ਼ ਨਾਗ ਸਾਰੇ ਦੇਵਤੇ ਕਿ ਨਿਪਟਾਰਾ ਹੋ ਹੀ ਗਿਆ, ਨੈੱਟ ਰਿਜ਼ਲਟ ਮਿਲ ਗਿਆ ਹੈ, ਨਤੀਜੇ 'ਤੇ ਪਹੁੰਚ ਗਏ ਹਾਂ ਕਿ ਸਤਸੰਗ ਵੱਡਾ ਹੈ, ਕਿੱਥੇ ਹਜ਼ਾਰਾਂ ਸਾਲ ਦੀ ਤਪੱਸਿਆ, ਕਿੱਥੇ ਇੱਕ ਘੜੀ ਦਾ ਸਤਸੰਗ। ਉਹ ਤੋਂ ਵੀ ਕਹਿੰਦੇ ਕਬੀਰ ਸਾਹਿਬ, ਕਬੀਰ ਇੱਕ ਘੜੀ ਆਦੀ ਘੜੀ ਆਦੀ ਹੁਣ ਤੇ ਆਦ, ਭਗਤਨ ਸੀਤੀ ਗੋਸਟੇ ਜੋ ਕੀ 900 ਲਾਭ, ਇਹਦਾ ਕਹਿੰਦੇ ਲਾਭ ਹੀ ਲਾਭ ਮਿਲਦਾ ਹੈ। ਉਹ ਕੋਈ ਕਰਨਗੇ ਨਸੀਬਾਂ ਵਾਲੇ ਸਤਸੰਗ ਤੋਂ
ਕਹਿੰਦੇ ਇਹਨੂੰ ਤਾਂ ਚੁੱਲ੍ਹੇ ਦੇ ਵਿੱਚ ਜਿਵੇਂ ਅੱਗ ਨੂੰ ਬਾਲ ਵਾਸਤੇ ਬਾਲਣ ਚਾਹੀਦਾ, ਇਸ ਤਰ੍ਹਾਂ ਦੇ ਨਾਲ ਸਾੜ ਦੇਵੇ। ਫਿਰ ਅਲੰਬ ਵੀ ਕਿੱਡੇ ਕਿੱਡੇ ਮਿਲਦੇ ਨੇ ਐਸੇ ਇਨਸਾਨਾਂ ਨੂੰ, ਵਿਕਾਰਾਂ ਨੂੰ ਜਨਮ ਦਿੰਦਾ ਹੈ, ਕਿਉਂਕਿ ਦਿਲ ਦੀ ਤਮੋ ਗੁਣੀ ਬਣ ਜਾਂਦੀ ਹੈ। ਅਲਪ ਆਹਾਰ ਸੁਲਭ ਸੀ ਨਿੰਦਰਾ, ਦਿਆ ਸੁਮਾ ਤਨ ਪ੍ਰੀਤ, ਖਾ ਖਾ ਕੇ ਜਿਵੇਂ ਗਰਦ ਵਾਂਗੂ ਲਾਹੇ ਪੇਟ, ਧੋਤੀ ਖੁੱਲ ਵਿਛਾਏ ਹੇਠਾਂ ਚ ਰੌਲਾ ਪੈ ਰਿਹਾ ਮੈਡੀਕਲ ਸਾਇੰਸ ਇਹ ਸਿੱਧ ਕਰ ਰਹੀ ਹੈ ਕਿ ਓਵਰ ਵੇਟ ਦੀਆਂ ਬਿਮਾਰੀਆਂ ਨੇ, ਪੇਟ ਵਧਿਆ ਕੁਰਬਾਣੀ ਪਹਿਲੇ ਹੀ ਕਹਿ ਰਹੇ ਕਿ ਰਾਤ ਨੂੰ ਇੰਨਾ ਖਾ ਲਿਆ ਫਿਰ ਗਧੇ ਵਾਂਗੂ ਪਾਸੇ ਮਾਰਦਾ ਲਿਟਦਾ ਹੈ, ਗਰਦ ਵਾਂਗੂ ਲਾਹੀ ਪੇਟ, ਬਿਟਕਾਰਾ ਪੈਂਦੀਆਂ ਫਿਰ ਅਵੇ ਹਾਜੀ ਵਿਆ ਜਿਤ ਖਾਏ ਵਧਾਇਆ ਪੇਟ। ਉਹ ਧਨ ਹਨ ਜਿਹੜੇ ਗੁਰੂ ਦੇ ਦਰ ਤੇ ਚੱਲ ਕੇ ਆਉਂਦੇ ਨੇ, ਇੱਥੇ ਸਤਸੰਗ ਕਰਦੇ ਨੇ, ਕਿੰਨਾ ਫਲ ਹੈ ਕਈ ਕੋਟ ਜਗ ਫਲਾ, ਸੁਣ ਗਾਵਣ ਹਾਰੇ ਰਾਮ ਕਿੱਡੀ ਮਹਿਮਾ ਹੈ, ਹਰ ਕੀਰਤ ਸਾਧ ਸੰਗਤ ਹੈ, ਕਰਮ ਅੰਕਰ ਜਬ ਪ੍ਰਗਟੇ ਉਹ ਭੇਟੇ ਪੁਰਖ ਰਸਤ ਵੈਰਾਗੀ, ਜਦੋਂ ਐਸੀ ਸੰਗਤ ਮਿਲਦੀ ਹੈ ਉਹਦੇ ਨਾਲ ਜਿਹੜੀ ਜਨਮ ਜਨਮ ਦੀ ਸੁਰਸਤੀ ਪਈ ਹੈ ਉਹ ਜਾਗ ਜਾਂਦੀ ਹੈ। ਕੋਈ ਜਾਗੀ ਹੋਈ ਰੂਹ ਰੀਅਲਾਈਜ਼ ਸੋਲ ਜਿਨ੍ਹਾਂ ਨੇ ਸੈਲਫ ਰਿਸਰਚ ਕੀਤੀ ਹੈ ਉਹਨਾਂ ਨੂੰ ਮਿਲ ਗਏ, ਮਿਲਿਆ ਹੋਇਆਂ ਨੂੰ ਮਿਲਾ ਦਿੰਦੇ ਨੇ। ਬੁਝਿਆ ਦੀਵਾ ਨਹੀਂ ਕਿਸੇ ਨੂੰ ਜਗਾ ਸਕਦਾ, ਜਗਦੇ ਦੀਵੇ ਲੱਖਾਂ ਨੂੰ ਹੀ ਜਗਾ ਸਕਦੇ ਨੇ। ਗੁਰਮੁਖ ਕੋਟ ਉਧਾਰਦਾ ਦੇ ਨਾਵੇ ਇੱਕ ਕਣੀ, ਕਿੱਡੀ ਬਖਸ਼ਿਸ਼ ਹੋ ਜਾਂਦੀ ਹੈ ਸਤਸੰਗ ਵਿੱਚ ਬੈਠ ਕੇ ਗੁਣ ਗਾਉਂਦੇ ਆ, ਗੁਣ ਗਾਵਤ ਤੇਰੀ ਉਤਰ ਸਮੈ। ਇਹ ਤਾਂ ਮਹਾਂਪੁਰਖਾਂ ਨੇ ਪਰੰਪਰਾ ਚਲਾ ਦਿੱਤੀ ਕਿ ਤਿੰਨ ਹਿੱਸਿਆਂ ਦੇ ਵਿੱਚ ਗਾਇਆ ਜਾਵੇ। ਇਹਦੇ ਨਾਲ ਜਿੱਥੇ ਰਸਨਾ ਪਵਿੱਤਰ ਹੁੰਦੀ ਹੈ, ਕੰਨ ਬਾਣੀ ਸੁਣ ਕੇ ਪਵਿੱਤਰ ਹੁੰਦੇ ਨੇ, ਮਨ ਟਕਾ ਚ ਆ ਜਾਂਦਾ। ਜਦੋਂ ਬਾਰੀ ਆਉਣ ਤੇ ਗੱਜ ਵੱਜ ਕੇ ਬੋਲਿਆ ਜਾਂਦਾ ਫਲ, ਕਿੰਨਾ ਕਰੋੜਾਂ ਜੱਗਾਂ ਦਾ ਫਲ ਆ। ਹੁਣ ਕਿੰਨੇ ਕੁਝ ਪ੍ਰਬੰਧ ਕਰਨੇ ਪੈਂਦੇ ਨੇ ਇੱਕ ਜੱਗ ਕਰਨ ਨੂੰ, ਤੇ ਜਿੰਨੇ ਕਦਮ ਗੁਰੂ ਘਰ ਵੱਲ ਨੂੰ ਚੱਲ ਕੇ ਆਓ ਅਸਮੇਤ ਜੱਗ ਦਾ ਫਲ ਮਿਲਦਾ ਹੈ। ਹੁਣ ਆਪਾਂ ਪਿੱਛੇ ਇੱਥੇ ਵਿਚਾਰ ਸ਼ੁਰੂ ਕੀਤੀ ਸੀ, ਵਿਚਾਲੇ ਰਹਿ ਗਈ
ਨਗਰ ਭੱਟੋ ਤੋਂ ਰਾਤ ਦੇ ਸਤਸੰਗ ਚੱਲੇ, ਸਮਾਂ ਥੋੜ੍ਹਾ ਸੀ। ਉਹਦੇ ਵਿੱਚ ਆਪਾਂ ਵਿਚਾਰ ਕਰਦੇ ਕਰਦੇ ਵੱਡਿਆਂ ਵੱਡਿਆਂ ਦੀਆਂ ਵਿਚਾਰਾਂ ਕੀਤੀਆਂ ਕਿ ਜਿਵੇਂ ਨਾਮ ਤੋਂ ਬਿਨਾਂ ਵੱਡੇ ਵੱਡੇ ਸੰਸਾਰ ਦੇ ਉੱਤੇ ਭਾਵੇਂ ਹੋਏ ਹੋਣ, ਰਾਵਣ ਵਰਗੇ ਹੋਣ, ਉਹ ਵੀ ਰੋਏ, ਵੱਡੇ ਵੱਡੇ ਪਾਂਡਵ ਵੀ ਰੋਏ। ਜਨਮੇਜਾ ਤੱਕ ਆਪਾਂ ਵਿਚਾਰ ਲੈ ਕੇ ਆਏ ਸੀ, ਕਿਉਂਕਿ ਸੰਸਾਰ ਦੇ ਵਿੱਚ ਇਹ ਕੌਣ ਰੋਂਦੇ ਨੇ ਜੋ ਨਾਮ ਨੂੰ ਭੁੱਲ ਜਾਂਦੇ ਨੇ, ਤੇ ਕਿੰਨਾ ਉਹ ਦੂਸਰੇ ਪਾਸੇ ਜਾ ਕੇ ਰੋਂਦੇ ਨੇ। ਸੇਖ ਮਸਾਇਕ ਪੀਰ ਉਹ ਕਿਉਂ ਰੋਂਦੇ ਨੇ? ਉਹ ਵਿਰਾਗ ਵਿੱਚ ਰੋਂਦੇ ਨੇ, ਕਿਉਂਕਿ ਬਿਨ ਵੈਰਾਗ ਨਾ ਛੂਟ ਸਮਾਇਆ, ਕਿ ਮਜ਼ਾ ਮਤਾ ਕਿਤੇ ਅੰਤ ਸਮੇਂ ਕੈਸਾ ਬਣ ਜਾਵੇ, ਅੰਤ ਮਤੇ ਸੋਈ ਗਤੇ। ਇਸ ਕਰਕੇ ਨਾਮ ਤੋਂ ਬਿਨਾਂ, ਨਾਮ ਸਭ ਦੇ ਅੰਦਰ, ਇਹ ਨਾਮ ਜਿਹੜਾ ਹੈ, ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰਖ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੱਕ ਜਦੋਂ ਨਹੀਂ ਸਥਿਤੀ ਹੁੰਦੀ, ਦੇਖੋ ਫਿਰ ਵੱਡਿਆਂ ਵੱਡਿਆਂ ਨੂੰ ਰੋਣਾ ਪਿਆ। ਉਹਨਾਂ ਦੇ ਵਿੱਚ ਜਦੋਂ ਜ਼ਿਕਰ ਆਉਂਦੇ ਨੇ, ਪਤਾ ਲੱਗਦਾ ਹੈ ਕਿ ਇਹ ਨਾਸ਼ਵੰਤ ਸੰਸਾਰ ਦੇ ਵਿੱਚ ਇਹ ਨਾਮ ਹੀ ਅਟਲ ਹੈ। ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ ਕਹੁ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮੰਤਰ। ਜਿਹੜਾ ਗੁਰੂ ਮੰਤਰ ਦੀ ਕਮਾਈ ਕਰਦਾ, ਗੁਰੂ ਤੋਂ ਮੰਤਰ ਲੈਂਦਾ, ਗੁਰੂ ਨਾਮ ਨਹੀਂ ਦਿੰਦਾ, ਗੁਰੂ ਮੰਤਰ ਦਿੰਦਾ ਹੈ। ਮੰਤਰ ਦੀ ਕਮਾਈ ਕਰਕੇ ਨਾਮ ਤੱਕ ਪਹੁੰਚ ਹੁੰਦੀ ਹੈ। ਸਾਡੇ ਇਸ ਘਰ ਦਾ ਮੰਤਰ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋਮੇ ਕੋਈ, ਇਹਨੂੰ ਜਪ ਕੇ ਨਾਮ ਤੱਕ ਪਹੁੰਚ ਹੁੰਦੀ ਹੈ। ਜੇ ਉਹ ਨਾ ਹੋਵੇ ਫਿਰ ਇਸ ਤਰ੍ਹਾਂ ਦੇ ਨਾਲ ਹੁੰਦਾ ਹੈ। ਰੋਂਦੀ ਦੁਨੀਆ ਜੀ ਨਾਮ ਨੂੰ ਭੁੱਲ ਕੇ, ਨਾਮ ਨੂੰ ਭੁੱਲ ਕੇ ਇਹ ਰੋਂਦੀ ਦੁਨੀਆ ਜੀ, ਨਾਮ ਨੂੰ ਭੁੱਲ ਕੇ ਰੋਂਦੀ ਦੁਨੀਆ ਜੀ, ਨਾਮ ਨੂੰ ਭੁੱਲ ਕੇ, ਨਾਮ ਨੂੰ ਭੁੱਲ ਕੇ ਰੋਂਦੀ ਦੁਨੀਆ ਜੀ, ਨਾਮ ਨੂੰ ਭੁੱਲ ਕੇ, ਨਾਮ ਨੂੰ ਭੁੱਲ ਕੇ। ਰੋਵੇ ਕਰ ਆਇਆ, ਰੋਵੇ
ਬਾਲੀ ਰੋਵੇ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ, ਸੰਸਾਰ ਹੀ ਰੋਗੀ ਹੈ, ਸੰਸਾਰ ਰੋਗੀ। ਨਾਮ ਦਾਰੂ ਮੈਲ ਲਾਗੇ ਸੱਚ ਬਿਨਾ, ਇਹ ਮੈਲ ਲੱਗੀ ਪਈ ਹੈ ਜਨਮ ਜਨਮ ਕੀ। ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਖਨਲੀ ਧੋਤੀ, ਉਜਲੀ ਨਾ ਹੋਵੀ ਜੇ ਸੌ ਧੋਵਣ ਪਾਵੇ। ਕਿਹੋ ਜਿਹੇ ਹਾਲਾਤ ਹੋ ਗਏ ਅੰਤਸ਼ਕਰਨ, ਇੰਨਾ ਮੈਲਾ ਹੋ ਗਿਆ, ਕਿਉਂਕਿ ਮੈਲ ਹੀ ਲੱਗਦੀ ਹੈ ਅੱਖਾਂ ਪਰਾਏ ਰੂਪ ਨੂੰ ਵੇਖਦੀਆਂ, ਕਿੰਨੀਆਂ ਮੈਲੀਆਂ ਹੋ ਗਈਆਂ। ਇਹਨਾਂ ਰਾਹੀਂ ਮੈਲ ਅੰਦਰ ਜਾਂਦੀ, ਦਰਵਾਜ਼ੇ ਨੇ ਬਾਹਰ ਨੂੰ ਖੁੱਲਦੇ ਜਿੰਨੇ ਦਰਵਾਜ਼ੇ, ਉਹ ਅੰਦਰ ਜਦੋਂ ਅਸੀਂ ਇਸ ਸਾਧੂ ਦਾ ਸਰੂਪ ਦੇਖਦੇ ਮੈਲ ਉਤਰਦੀ ਹੈ। ਜੇ ਰੰਗ ਰੂਪ ਦੇਖਦੇ ਹਾਂ ਦੂਸਰੇ, ਵਾਸ਼ਨਾਵਾਂ ਜਾਗਦੀਆਂ ਹਨ, ਮੈਲ ਲੱਗਦੀ ਹੈ। ਕੰਨ ਹਨ, ਕੰਨ ਨਹੀਂ ਸੁਣਦੇ ਨਾਮ ਭਜਨ ਬੰਦਗੀ ਭਜਨ ਬਾਣੀ, ਉਹ ਫਿਰ ਕੰਨ ਵੀ ਮੈਲੇ ਅੰਦਰ ਇਕੱਠ ਕਰੀ ਜਾਂਦੇ ਨੇ ਨਿੰਦਿਆ ਚੁਗਲੀ ਦੀ। ਇਸੇ ਤਰ੍ਹਾਂ ਸਾਰੇ ਨੇ ਸਪਰਸ਼ ਰੂਪ ਰੰਗ, ਜਿੰਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵਿਸ਼ੇ ਐਸੇ ਹਨ। ਰਾਜਮਾਲ ਰੂਪ ਜਾਤ ਜੋਵਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨੇ ਰੱਖੀ ਲੱਜ। ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸੇ ਤਰ੍ਹਾਂ ਇਹ ਐਸੇ ਹਨ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਫਿਰ ਆਸਾ ਦੇਸਾ ਤ੍ਰਿਸ਼ਨਾ ਵਰਗੀਆਂ ਡੈਣਾ, ਕਿੰਨਾ ਕੁਝ ਇਸ ਦੇ ਹੋਏ ਰਹਿੰਦੇ ਨੇ। ਸਵਾਸ ਚੱਲਦੇ ਨੇ, ਸਰੀਰ ਸੌਂ ਗਿਆ, ਫਿਰ ਵੀ ਦੋਸ਼ ਲੱਗਦੇ ਨੇ, ਵਿਸ਼ੇ ਵਿਕਾਰਾਂ ਦੇ ਵਿੱਚ ਪੈ ਜਾਂਦੇ ਨੇ। ਇਹ ਤਾਂ ਇੱਕ ਨਾਮ ਹੈ, ਜਦੋਂ ਨਾਮ ਦੇ ਵਿੱਚ ਸਥਿਤ ਹੁੰਦੇ ਹਾਂ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਨਾਮ ਦੇ ਰੰਗ ਵਿੱਚ ਰੰਗਿਆਂ ਨੂੰ ਫੇਰ ਨਹੀਂ ਕੋਈ, ਭਾਵੇਂ ਤੱਤੀ ਤਵੀ ਹੈ। ਹੁਣ ਕੱਲ ਇਹ ਦਿਨ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਹਾਨ ਸ਼ਹਾਦਤ ਦਾ ਦਿਨ, ਕਿ ਕਿਹੋ ਜਿਹੀ ਰੁੱਤ ਹੈ, ਕਿੰਨੀ ਗਰਮੀ ਹੈ। ਫਿਰ ਸੀਸ 'ਚ ਵੀ ਰੇਤ ਪਾਉਂਦੇ ਨੇ, ਕਿ ਇਹ ਤਾਂ ਦਸਮ ਦੁਆਰ 'ਚ ਸੁਰਤੀ ਚੜ੍ਹੀ ਹੋਈ ਹੈ ਸਰੀਰ ਦਾ, ਇਹਨਾਂ ਪਤਾ ਹੀ ਨਹੀਂ ਲੱਗਦਾ ਕਿ ਇਹਦੇ 'ਤੇ ਕਿੰਨਾ ਕੁਝ ਭਾਣਾ ਵਰਤ ਰਿਹਾ ਹੈ। ਉਸ ਸੀਸ 'ਚ ਰੇਤ ਪਾਉਣ ਦਾ ਇਹ ਸੀ ਕਿ ਇਹ ਸੁਰਤ ਥੱਲੇ ਆਵੇ, ਸਰੀਰ 'ਚ ਆਵੇ, ਫਿਰ ਪਤਾ ਲੱਗੇ ਕਿ ਕਿੰਨਾ, ਕਿਉਂਕਿ ਨਾਮ 'ਚ ਰਤੀਆਂ ਰੂਹਾਂ ਆਰਿਆਂ ਨਾਲ ਤਨ ਚਰਵਾਏ ਆਪਾਂ ਅਰਦਾਸ ਰੋਜ਼ ਕਰਦੇ ਹਾਂ। ਰੰਬਿਆਂ ਨਾਲ ਖੋਪਰੀਆਂ ਲੁਹਾਈਆਂ, ਜਿਉਂਦੇ ਅੱਗਾਂ ਦੇ ਵਿੱਚ ਸਾੜੇ ਗਏ, ਕੀਮਾ ਕੀਮਾ ਕੀਤੇ ਗਏ, ਫਿਰ ਵੀ ਦੇਖ ਲਓ ਕਿੱਡੀਆਂ ਵੱਡੀਆਂ ਕੁਰਬਾਨੀਆਂ, ਮੁੱਖੋਂ ਸੀ ਤੱਕ ਨਹੀਂ ਉਚਾਰੀ। ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀਆਂ ਪਾ ਗਏ, ਕਿਉਂਕਿ ਦੇਹ ਦੇ ਆਸ ਟੁੱਟਿਆ ਸੀ। ਆਤਮਦਰਸ਼ੀ ਨਾਮ ਰਤੀਆਂ ਰੂਹਾਂ ਨਾਮ 'ਚ ਸਥਿਤ, ਉਹ ਇਸ ਕਰਕੇ ਨਾਮ ਦੇ ਵਿੱਚ ਜਦੋਂ ਸਥਿਤੀ ਹੋ ਗਈ, ਨਾਮ ਅੰਦਰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਫਿਰ ਕੋਈ ਕਿੰਤੂ ਪਰੰਤੂ ਨਹੀਂ ਰਹਿੰਦਾ। ਨਹੀਂ ਤਾਂ ਹੁਣ ਜਨਮੇਜਾ ਰਾਜਾ ਇਹ ਪਾਂਡਵਾਂ ਦਾ ਸੀ, ਉਸੇ ਖਾਨਦਾਨ ਦੇ ਵਿੱਚ। ਹੁਣ ਤਰਕ ਕਰਦਾ ਹੈ ਕਿ ਇਹ ਕਿਉਂ ਹੋਇਆ, ਕਿਉਂਕਿ ਕਿੰਤੂ ਪਰੰਤੂ ਕਦੋਂ ਹੁੰਦਾ ਹੈ, ਜਿਹੜੀ ਇਹ ਤਰਕ ਹੈ, ਕ੍ਰਿਟਿਕ ਕ੍ਰਿਟੀਸਾਈਜ਼ ਕਰਦਾ ਹੈ, ਇਹ ਬੁੱਧੀ ਮੰਡਲ ਦੀਆਂ ਗੱਲਾਂ ਹਨ। ਬੁੱਧੀ ਮੰਡਲ ਦੇ ਵਿੱਚ ਤਰਕ ਹੈ, ਦਿਮਾਗ ਸਦਾ ਤਰਕ ਕਰਦਾ ਹੈ, ਇਹ ਕਿਵੇਂ ਹੋ ਗਿਆ, ਇਹ ਹੋ ਕਿਵੇਂ ਸਕਦਾ ਹੈ, ਕਿਉਂਕਿ ਜੇ ਅੱਜ ਦੇ ਯੁੱਗ ਵਿੱਚ ਆਸਤਿਕ ਤੇ ਨਾਸਤਿਕ, ਜਿਵੇਂ ਹੁਣ ਵਿਸ਼ਵਾਮਿੱਤਰ ਤੇ ਵਸ਼ਿਸ਼ਠ ਜੀ
ਉਹ ਤਾਂ ਮਹਾਂਪੁਰਸ਼ ਸਨ, ਉਹਨਾਂ ਦਾ ਤਾਂ ਸੰਵਾਦ ਹੋਇਆ, ਨਿਸਤਾਰਾ ਵੀ ਹੋ ਗਿਆ ਕਿ ਸਤਸੰਗ ਦਾ ਫਲ ਬਹੁਤਾ ਹੈ। ਸਾਰਿਆਂ ਨੇ ਮੰਨ ਵੀ ਲਿਆ ਸੰਤ ਅਨੰਤ ਅੰਤਰ ਨਹੀਂ, ਉਹ ਸਾਰਿਆਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਪਰ ਜਿਹੜਾ ਦੂਸਰਾ ਅੱਜ ਦੇ ਯੁੱਗ ਵਿੱਚ ਜੇ ਕ੍ਰਿਟੀਸਾਈਜ਼ ਕਰਦਾ ਹੈ, ਉਹ ਉਹਨੇ ਕਿਉਂਕਿ ਪਦਾਰਥ ਦੀ ਗੱਲ ਮੈਟਰ ਦੀ ਗੱਲ ਕਰਨੀ ਹੈ। ਮਹਾਂਪੁਰਸ਼ ਜੋ ਵੀ ਵਿਚਾਰ ਕਰਦੇ ਤਰਕ ਦੇ ਨਾਲ ਕਰਦੇ, ਆਤਮ ਮਾਰਗ ਸ਼ਬਦਾ ਪੁਸਤਕਾਂ ਪੜ੍ਹ ਲਓ, ਜਿਹੜੀ ਨਾਸਤਿਕ ਨੇ ਤਰਕ ਕਰਨੀ ਉਹ ਮਹਾਂਪੁਰਸ਼ ਆਪ ਹੀ ਕਰ ਦਿੰਦੇ ਕਿ ਇਸ ਦੇ ਉੱਤੇ ਤਰਕ ਹੋ ਸਕਦੀ ਹੈ, ਤੇ ਨਾਲ ਸਿੱਧ ਕਰ ਦਿੰਦੇ ਗੁਰਬਾਣੀ ਦੇ ਨਾਲ ਕਿ ਇਸ ਦਾ ਇਹ ਸਮਾਧਾਨ ਹੈ। ਸੋ ਐਸੇ ਅਨੁਭਵੀ ਮਹਾਂਪੁਰਸ਼ ਤਾਂ ਕਰ ਸਕਦੇ ਨੇ, ਦੂਸਰੇ ਤਾਂ ਨਾਸਤਿਕ ਦੇ ਅੱਗੇ ਕੀ ਕਰਨਗੇ। ਜੋ ਹਰ ਕੀ ਭਗਤ ਤੇ ਵਾਹਾ ਦਿਨ ਤੇ ਸਦਾ ਡਰਾਨੇ ਰਹੀ ਹੈ, ਕਿਉਂਕਿ ਉਹ ਤਾਂ ਬਾਤਨ ਹੀ ਕਿੰਨਾ ਕੁਝ ਕਰ ਦਿੰਦੇ ਨੇ ਗੱਲਾਂ ਬਾਤਾਂ ਨਾਲ, ਜਿਨਗੁਰਾ ਉਹ ਬਾਤਾਂ ਜਾਣੇ, ਉਹ ਭ੍ਰਿਸ਼ਟੇ ਹੋਏ ਇਨਸਾਨ। ਇਸ ਕਰਕੇ ਉਹਨਾਂ ਤਾਂ ਸਾਕਤ ਸੰਗ ਨਾ ਕੀਤੀ, ਦੂਰੋਂ ਜਾਈਏ ਭਾਗ ਵਾਸਨ ਕਰੋ ਪਰਸੀਏ ਤੋ ਕੁਛ ਲਾਗੇ ਦਾਗ। ਹੁਣ ਜਨਮੇਜਾ ਨੂੰ ਬਰਜ ਵਿਆਸ ਜੀ ਨੇ ਬਰਜ ਬਰਜ ਕੇ ਪੜ੍ਹਾਇਆ। ਰਾਜਾ ਜਨਮੇਜਾ ਦੇਵਤੀ ਬਰਜ ਵਿਆਸ ਪੜ੍ਹਾਇਆ, ਫਿਰ ਹੋਇਆ ਕਿ ਤਿੰਨ ਕਰ ਜਗ 18 ਘਾਏ, ਕਿਰਤ ਨਾ ਚੱਲੇ ਚਲਾਇਆ। ਉਹੀ ਗੱਲ ਹੋ ਗਈ ਜਿਹੜੀ ਬਰਜ ਬਰਜ ਕੇ ਕਿਹਾ ਸੀ ਕਿ ਤੂੰ 18 ਬ੍ਰਾਹਮਣਾਂ ਨੂੰ ਮਾਰ ਦੇਣਾ ਤੇ ਬ੍ਰਹਮ ਹੱਤਿਆ ਦਾ ਦੋਸ਼ ਤੈਨੂੰ ਲੱਗਣਾ ਤੇ ਕੋੜੀ ਹੋ ਜਾਣਾ। ਸਾਰੀਆਂ ਗੱਲਾਂ ਦੱਸੀਆਂ, ਕਹਿੰਦਾ ਕਿਵੇਂ ਹੋ ਸਕਦੀਆਂ, ਇਹ ਤਾਂ ਕਹਿੰਦੇ ਕਮਜ਼ੋਰ ਬੰਦਿਆਂ ਦੀਆਂ ਗੱਲਾਂ ਨੇ। ਜਿਵੇਂ ਹੁਣ ਮਹਾਂਭਾਰਤ ਹੋ ਗਿਆ, ਜੇ ਏਡੇ ਵੱਡੇ ਸਮੇਂ ਦੇ ਅਵਤਾਰ ਕ੍ਰਿਸ਼ਨ ਭਗਵਾਨ ਜੀ ਮਹਾਰਾਜ ਉਹ ਲੱਗੇ ਰਹੇ ਸਮਝਾਉਣ ਕਿ ਪਾਂਡਵਾਂ ਨੂੰ ਵੀ ਕੌਰਵਾਂ ਨੂੰ ਵੀ ਕਿ ਇਹ ਨਾ ਕਰਿਓ, ਪਰ ਉਹ ਪਾਂਡਵ ਤਾਂ ਮੰਨਦੇ ਸਨ, ਪਰ ਉਹਨਾਂ ਦੇ ਵਿੱਚ ਇੱਕ ਵੱਡਾ ਨੁਕਸ ਆ ਗਿਆ। ਉਹ ਜੁਧਿਸ਼ਠਰ ਨੇ ਜੂਆ ਖੇਡਿਆ, ਦ੍ਰੌਪਦੀ ਵੀ ਦਾਅ ਤੇ ਲਾ ਦਿੱਤੀ ਤੇ ਕਿੱਡਾ ਨੁਕਸਾਨ ਹੋਇਆ। ਫਿਰ ਯਾਦਵਾਂ ਨੇ ਸ਼ਰਾਬ ਪੀਤੀ, ਕੁੱਲ ਦਾ ਹੀ ਨਾਸ ਕਰ ਲਿਆ। ਦਰਵਾਸਾ ਸੀ ਕਰਤ ਠਗੌਰੀ, ਯਾਦਵ ਇਹ ਫਲ ਪਾਏ। ਸੰਤਨ ਸੀਤੀ ਮਸ਼ਕਰੀ, ਕੁੱਲ ਡੋਪਣ ਕੀ ਰੀਤ, ਭਾਗਵਾਨ ਸੇਵਾ ਕਰੇ ਹੁਜਤ ਕਰਨ ਪਲੀਤ। ਇਸ ਤਰ੍ਹਾਂ ਦੇ ਨਾਲ ਹੁਣ ਦ੍ਰੌਪਦੀ ਕਿੱਡੀ ਬੇਵੱਸ ਹੋਈ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੌਪਦੀ ਆਉਂਦੀ, ਉਹਨਾਂ ਨੂੰ ਕਹਿੰਦੇ ਫਿਰ ਫਰਮਾ ਦਿੱਤਾ ਕਿ ਇਹ ਦੂਤਾਂ ਨੂੰ ਫਰਮਾਇਆ ਨੰਗੀ ਕਰੋ 45 ਬਾਂਦੀ, ਕਿ ਇਹਨੂੰ ਹੁਣ ਕਰੋ ਕਿਉਂਕਿ ਬੋਲੀ ਕਾਜ ਵਿਗਾੜੇ। ਜੋ ਮੂਲੀ ਪੱਤਾ ਉਹਨੇ ਇਹੀ ਜਿਹੜਾ ਬਣਾਇਆ ਸੀ ਇਹਨਾਂ ਨੇ, ਪਾਂਡਵਾਂ ਨੇ ਬੜਾ ਸੋਹਣਾ ਮਹਿਲ, ਉਹਦੇ ਵਿੱਚ ਜਿੱਥੇ ਪਾਣੀ ਸੀ ਉੱਥੇ ਥਲ ਨਜ਼ਰ ਆਉਂਦਾ ਸੀ, ਜਿੱਥੇ ਜਲ ਸੀ ਉੱਥੇ ਥਲ ਨਜ਼ਰ ਆਉਂਦਾ, ਜਿੱਥੇ ਥਲ ਸੀ ਉੱਥੇ ਜਲ ਨਜ਼ਰ ਆਉਂਦਾ, ਉਲਟੀ ਦ੍ਰਿਸ਼ਟੀ ਪੈਂਦੀ, ਪ੍ਰਤੀਬਿੰਬ ਐਸਾ ਪੈਂਦਾ, ਰਿਫਲੈਕਟ ਹੋ ਕੇ ਲਾਈਟ ਅੱਖਾਂ ਤੇ ਆਉਂਦੀ, ਭੁਲੇਖਾ ਲੱਗ ਜਾਂਦਾ। ਜਦੋਂ ਉਹਨਾਂ ਨੇ ਜੱਗ ਕੀਤਾ ਉਹਦੇ ਵਿੱਚ ਗਿਆ ਸੀ ਦੁਰਯੋਧਨ, ਉਹ ਪਾਣੀ ਦੇ ਵਿੱਚ ਡਿੱਗ ਗਿਆ। ਇਹ ਗੋਲੀਆਂ ਨਾਲ ਖੜੀ ਦ੍ਰੌਪਦਾ ਉੱਤੇ ਹੱਸ ਪਈ ਤੇ ਹਾਂਸੀ ਜਿਵੇਂ ਬਹੁਤ ਬੁਰੀ ਹੁੰਦੀ ਹੈ, ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸੀਏ ਕੋਈ, ਉਹ ਹੱਸੀ ਵੀ ਐਸਾ ਕਿ ਉਹ ਕਹਿੰਦੀ ਅੰਨੇ ਦਾ ਪੁੱਤ ਨਹੀਂ ਰਿਹਾ, ਆਪਣੇ ਪੂਰਵਜ਼ਾਂ ਤੋਂ ਵੀ ਸਤਿਕਾਰ ਦੀ ਜਗ੍ਹਾ ਨਿਰਾਦਰ ਭਰੇ ਸ਼ਬਦ ਬੋਲ ਦਿੱਤੇ। ਫਿਰ ਉਹ ਕਿੱਡਾ ਹੋਇਆ, ਫਿਰ ਉਹਨੇ ਜੂਏ 'ਚ ਜਦੋਂ ਹਾਰੀ ਕਹਿੰਦੇ ਹੁਣ ਇਹ ਬਦਲਾ ਲੈਣਾ, ਨੰਗੀ ਕਰੋ 45 ਬਾਂਦੀ। ਹੁਣ ਉਹ ਸਾਰੇ ਦੇਖਦੇ ਨੇ, ਪੰਜੇ ਪਾਂਡਵ ਵੇਖਦੇ ਔਗਟ ਰੁੱਧੀ ਨਾਰ ਜਿਨ੍ਹਾਂ ਦੀ, ਹੁਣ ਤਾਂ ਬੇਵੱਸ ਨੇ ਜੂਏ 'ਚ ਹੀ ਹਾਰ ਦਿੱਤਾ। ਤੇ ਅੱਗੇ ਫਿਰ ਹੁਣ ਕਿੱਡੀ ਅਰਦਾਸ ਨੇ ਕੰਮ ਕੀਤਾ, ਕਿਉਂਕਿ ਜਦੋਂ ਸਾਰੇ ਪਾਸਿਓਂ ਉਹ ਦੇਖ ਲਿਆ ਉਹਨੇ ਕਿ ਪੰਜੇ ਪਾਂਡਵ ਵੀ ਵੇਖਦੇ ਨੇ
ਧ੍ਰਿਤਰਾਸ਼ਟਰ ਤਾਂ ਉਸ ਤਰ੍ਹਾਂ ਹੀ ਅੰਨਾ ਸੀ, ਪੁੱਤਰ ਮੋਹ ਸੀ, ਤੇ ਦੂਸਰੇ ਵੀ ਦੇਖਦੇ ਨੇ ਭੀਸ਼ਮ ਪਿਤਾਮਾ ਵੀ ਨੀਵੀਂ ਪਾ ਲੈਂਦਾ ਹੈ, ਸਾਰਿਆਂ ਅੱਗੇ ਉਪਕਾਰਾਂ ਕਰਦੀ ਹੈ, ਕਿਰਪਾਚਾਰੀਆ ਦਰੋਣਾਚਾਰੀਆ ਗੁਰੂ ਜੀ। ਰਾਜ ਅੰਨ ਦਾ ਅਸਰ ਜੈਸਾ ਅੰਨ ਤੈਸਾ ਮਨ, ਕੋਈ ਹਾ ਦਾ ਨਾਰਾ ਤੱਕ ਨਹੀਂ ਮਾਰਦਾ ਤੇ ਫਿਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਉਸ ਸਮੇਂ ਇੰਨੀ ਕੁ ਅਰਦਾਸ ਕੀਤੀ ਸੀ, ਕੀ ਹੋਇਆ, ਕੱਪੜ ਕੋਟ ਉਸਾਰੀਅਨ ਥੱਕੇ ਦੂਤ ਨਾ ਪਾਰ ਵਸਾਂਦੀ। ਉਹ ਕਹਿੰਦੇ ਇੰਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਇੰਨੇ ਹਠੀ ਸਨ ਕਿ ਸੱਤ ਰਾਤਾਂ ਸੱਤ ਦਿਨੋਂ ਕੌਰਵ ਲੱਗੇ ਰਹੇ, ਕੱਪੜੇ ਦੇ ਕਿਲੇ ਉਸਰ ਗਏ, ਪਰ ਉਹ ਕਿਹ ਨੰਗੀ ਨਹੀਂ ਕਰ ਸਕੇ, ਕਿਉਂਕਿ ਐਸਾ ਪ੍ਰੇਮ ਦਾ ਪਟੋਲਾ ਕ੍ਰਿਸ਼ਨ ਭਗਵਾਨ ਜੀ ਨੇ ਦਿੱਤਾ ਕਿ ਉਹਦੇ ਨਾਲ ਪ੍ਰੇਮ ਪਟੋਲਾ ਤਾਂ ਢਾਕਣ ਕੋ ਪੱਤ ਮੇਰੀ ਪੱਤ ਰਹਿ ਗਈ। ਆਪਾਂ ਵੀ ਗੁਰੂ ਪਾਤਸ਼ਾਹ ਜੀ ਨੂੰ ਜਿਹੜੇ ਆ ਰੁਮਾਲੇ ਭੇਟਾ ਕਰਦੇ ਹਾਂ, ਇਹੀ ਅਰਦਾਸ ਹੁੰਦੀ ਹੈ ਕਿ ਸਾਡੇ ਆਲੋਕ ਪ੍ਰਲੋਕ ਦੇ ਵਿੱਚ ਪੜਦੇ ਕੱਜ ਲਿਓ ਮਹਾਰਾਜ। ਇਹ ਐਸਾ ਪਿਆਰ ਦੀ ਇੱਕ ਪ੍ਰੇਮ ਦਾ ਟੋਕਨ ਆਫ ਲਵ ਆਫ ਟੋਕਨ ਜਿਹੜਾ ਐਸਾ ਹੁੰਦਾ ਹੈ ਪਿਆਰ, ਉਹ ਪਿਆਰ ਦੇ ਵਿੱਚ ਪਰਮੇਸ਼ਰ ਵਸ ਹੋ ਜਾਂਦਾ ਹੈ। ਢਾਕ ਲਿਓ ਪੱਤ ਮੇਰੀ ਦੇ ਕੇ ਪ੍ਰੇਮ ਦਾ ਪਟੋਲਾ, ਢਾਕ ਲਿਓ ਪੱਤ ਮੇਰੀ ਦੇ ਕੇ ਪ੍ਰੇਮ ਦਾ ਪਟੋਲਾ, ਢਾਕ ਲਿਓ ਪੱਤ ਮੇਰੀ ਦੇ ਕੇ ਪ੍ਰੇਮ ਦਾ ਪਟੋਲਾ, ਢਾਕ ਲਿਓ ਪੱਤ ਮੇਰੀ ਦੇ ਕੇ ਪ੍ਰੇਮ ਦਾ ਪਟੋਲਾ। ਪੱਤ ਰਹਿ ਗਈ,
ਹੁਣ ਸਾਰੇ ਜਦੋਂ ਇਸ ਤਰ੍ਹਾਂ ਦਾ ਨਾਲ ਕਰਦੇ ਰਹੇ ਸੱਤ ਰਾਤਾਂ ਸੱਤ ਦਿਨ ਦਸਮ ਗ੍ਰੰਥ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਇਹ ਕਥਾ ਦਾ ਵਰਣਨ ਕਰਦੇ ਹਨ ਕਿ ਇੰਨੀ ਰਾਤਾਂ ਸੱਤ ਦਿਨ ਲੱਗੇ ਰਹੇ। ਫਿਰ ਹੁਣ ਘਰ ਆਈ ਠਾਕਰ ਮਿਲੇ ਪੈਦ ਰਹੀ ਬੋਲੇ ਸ਼ਰਮਾਂਦੀ ਭਗਵਾਨ ਨੂੰ ਕਹਿੰਦੀ ਕਿ ਭਗਵਾਨ ਦੇਰ ਲਾਈ ਕਹਿੰਦੇ ਦ੍ਰੋਪਤਾ ਦੇਰ ਤੇਰੇ ਵੱਲੋਂ ਲੱਗੀ ਮੇਰੇ ਵੱਲੋਂ ਨਹੀਂ। ਮੈਂ ਤਾਂ ਤਿਆਰ ਸੀ ਕਿ ਕਦੋਂ ਮੈਨੂੰ ਆਵਾਜ਼ ਦੇਵੇ ਕਿਉਂਕਿ ਅਖੀਰ ਤੇ ਅਰਦਾਸ ਹੁੰਦੀ ਹੈ ਅੰਤਮ ਉਹ ਕਿਉਂਕਿ ਪਹਿਲਾਂ ਉਹਨੇ ਕਿੰਨਾ ਦੇਖਿਆ ਸਾਰਿਆਂ ਵੱਲ ਅਖੀਰ ਤੇ ਜਦੋਂ ਉਹ ਸਾੜੀ ਦਾ ਪੱਲੂ ਖਿੱਚਿਆ ਗਿਆ ਉਸ ਸਮੇਂ ਬੇਵੱਸ ਹੋ ਗਈ ਉਸ ਸਮੇਂ ਹਾਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਪੈ ਕਿਉਂਕਿ ਨਾਥ ਅਨਾਥਾ ਵਾਣ ਤੁਰਾਂ ਦੀ ਆਪਣੇ ਬਿਰਧ ਬਾਣੀ ਦੀ ਲਾਸ਼ ਉਹ ਪਿਆਰਾ ਰੱਖਦਾ ਹੈ। ਹੁਣ ਪਾਂਡਵ ਕਿਉਂ ਰੋਏ ਕਿਉਂਕਿ ਜੂਆ ਖੇਡਿਆ ਦ੍ਰੋਪਦਾ ਨੇ ਐਸਾ ਕੀਤਾ ਕਰਮ ਦਾ ਪ੍ਰਤੀ ਕਰਮ ਹੈ ਜਿਹੋ ਜਿਹਾ ਬੀਜੋ ਇਹਦਾ ਫਲ ਮਿਲਦਾ। ਹੁਣ ਰਾਜਾ ਜਨਮੇਜਾ ਤਰਕ ਕਰਦਾ ਕਹਿੰਦਾ ਕਿਉਂ ਹੋਇਆ ਸਮਰੱਥ ਪੁਰਸ਼ ਭਗਵਾਨ ਸ੍ਰੀ ਕ੍ਰਿਸ਼ਨ ਮਹਾਰਾਜ ਉਹਨਾਂ ਦੇ ਹੁੰਦੇ ਇਹ ਕਿਉਂ ਹੋਇਆ ਕਿੰਤੂ ਪਰੰਤੂ ਕਰਦਾ ਕਿਉਂਕਿ ਇਹ ਤਾਂ ਕਰਮ ਦਾ ਪ੍ਰਤੀ ਕਰਮ ਹੈ। ਕਰਮ ਤਿੰਨ ਤਰ੍ਹਾਂ ਦਾ ਹੈ ਇੱਕ ਸੰਚਿਤ ਕਰਮ ਹੈ ਆ ਜਿਹੜਾ ਆਪਣੇ ਸਾਰਿਆਂ ਦਾ ਕੋਈ ਸ਼ੁਭ ਕਰਮ ਫਲ ਦੇਣ ਵਾਸਤੇ ਤਿਆਰ ਹੋਇਆ ਜਮਾਂ ਪਿਆ ਸੀ ਪੂਰਵ ਕਰਮਾਂਕਰ ਜਬ ਪ੍ਰਗਟੇ ਉਹ ਕੋਈ ਪ੍ਰਗਟ ਸਮਾਂ ਹੋ ਗਿਆ ਫਲ ਦੇਣ ਦਾ ਸਮਾਂ ਆ ਗਿਆ। ਭੇਟੋ ਪੁਰਖ ਰਸਤ ਵੈਰਾਗੀ ਰਸੀਏ ਪੁਰਸ਼ ਦੀ ਸੰਗਤ ਮਿਲ ਗਈ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਤਾਂ ਕਰਮਾਂ ਦਾ ਫਲ ਹੈ ਉਹ ਕਰਮ ਪ੍ਰਲਬਧ ਦੇ ਵਿੱਚ ਜਿਹੜਾ ਆ ਗਿਆ ਬਣ ਗਿਆ ਪਿੱਛੋਂ ਅਸੀਂ ਕਰ ਰਿਹਾ ਹੈ ਉਹ ਐਸਾ ਕਰਮ ਹੈ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਈਸ਼ਵਰ ਕੋਟੀ ਦੇ ਮਹਾਂਪੁਰਸ਼ ਉਹਨਾਂ ਨੂੰ ਵੀ ਇਹ ਕਰਮ ਭੁਗਤਾਉਣਾ ਪਿਆ। ਜੇ ਕ੍ਰਿਸ਼ਨ ਮਹਾਰਾਜ ਜੀ ਦੇ ਵਧਕ ਤੀਰ ਮਾਰਦਾ ਹੈ ਉਹ ਕਹਿੰਦੇ ਇਹਦੇ ਵਿੱਚ ਤੇਰਾ ਦੋਸ਼ ਨਹੀਂ ਇਹ ਪਰਾਲਬਧ ਕੋਟੀ ਦਾ ਕਰਮ ਹੈ। ਮੈਂ ਉਸ ਸਮੇਂ ਰਾਮ ਚੰਦਰ ਬਣ ਕੇ ਲੁਕ ਕੇ ਬਾਣ ਮਾਰ ਤੇਰੇ ਤੇ ਵਾਰ ਕਰਿਆ ਸੀ ਉਸ ਸਮੇਂ ਦਾ ਤੈ ਕਿਹਾ ਸੀ ਕਿ ਕੀ ਇਹ ਅਨੀਤੀ ਨਹੀਂ ਇਸ ਦਾ ਫਲ ਨੀਤੀ ਦਾ ਫਲ ਮਿਲਦਾ ਹੁੰਦਾ ਹੈ ਤੇ ਅਨੀਤੀ ਦਾ ਵੀ ਫਲ ਕੀ ਮਿਲਿਆ ਕਿ ਹੁਣ ਇਹ ਤੀਰ ਤੋਂ ਮਾਰਿਆ ਵਧਕ ਬਣ ਕੇ ਸ਼ਿਕਾਰੀ ਬਣ ਕੇ। ਇਸ ਤਰ੍ਹਾਂ ਕੋਈ ਵੀ ਕਰਮ ਐਵੇਂ ਤਾਂ ਹੁੰਦਾ ਨਹੀਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਜਿਹੜਾ ਕਰਮ ਸੰਸਕਾਰ ਬਣਦਾ ਹੈ ਆਪਾਂ ਰੋਜ਼ ਜਿਹੜਾ ਕੰਮ ਕਰੀ ਜਾਂਦੇ ਹਾਂ ਇਸੇ ਕਰਕੇ ਕਹਿੰਦੇ ਹਾਂ ਕਿ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਬੁਰੇ ਕੰਮ ਦਾ ਬੁਰੇ ਕਾਮ ਕਾ ਬੁਰਾ ਨਤੀਜਾ ਇਹ ਬੁਰੇ ਕੰਮ ਦਾ ਬੁਰਾ ਹੀ ਨਤੀਜਾ ਨਿਕਲਦਾ ਹੈ। ਇਸ ਤਰ੍ਹਾਂ ਦੇ ਨਾਲ ਬਾਣੀ ਇਸ ਗੱਲ ਨੂੰ ਸਿੱਧ ਕਰਦੀ ਹੈ ਜਿਹਾ ਬੀਜੇਗਾ ਵਡੇਗਾ ਮਨਾ ਮੇਰਿਆ ਜੀ
शरीर रूप खेत विच जिवें धरती च कोई बीज पाओ ओही धरती वापस मुड़दी कई गुणा वधा के इस शरीर नाल जिहो जे असीं बीजते हाँ उस जे फल मिलदे अह कर करे सो अह कर पाए कोई ना पकड़िए किसे कह थाए। हुण जिहड़ा वर्तमान हो रहा है एक क्रिया मान कर्म है ये कर्म ओ जिहड़े इस कोई आपा करदे हां ओ फल जरूर दिंदे ने भावे समा लग जावे। हुण जिहड़े धृतराष्ट्र सी इहनू 100 जन्म दा ज्ञान सी हुण इहदा 100 पुत्तर युद्ध विच मारिया गया जदों कृष्ण भगवान जी पांडवां नूं लेके जांदे हन कि चलो अफसोस करके आईए परचौनी पाईए बजुर्ग है सत्कार योग है जदों उन्हां दे कोल गए कहिंदे अफसोस तां मैनूं है नहीं क्योंकि जिहड़ा रण युद्ध दे मैदान विच छाती डाह के प्राणा की आहुति पाउंदा सुरवीर वीर गति नूं प्राप्त हुंदा है ਉਹ ਤਾਂ ਚਲੋ ਵੀਰ ਗਤੀ ਨੂੰ ਪ੍ਰਾਪਤ ਹੋ ਗਏ ਪਰ ਮੈਨੂੰ ਅਫਸੋਸ ਹੈ ਕਿਸ ਗੱਲ ਦਾ ਕਿ ਮੇਰੇ ਸਾਹਮਣੇ ਹੀ ਇਹ ਮੇਰੇ 100 ਪੁੱਤਰ ਕਿਉਂ ਮਰੇ। ਨਾਲ ਹੀ ਫਿਰ ਕ੍ਰਿਸ਼ਨ ਭਗਵਾਨ ਦੇ ਉੱਤੇ ਸਵਾਲ ਕਰ ਦਿੱਤਾ ਕਿ ਮੈਂ ਜਮਾਂਦਰੂ ਹੀ ਅੰਨਾ ਕਿਉਂ ਹਾਂ 100 ਜਨਮ ਦਾ ਤਾਂ ਮੈਨੂੰ ਪਤਾ ਕੁੰਡਲੀ ਜਗਾਈ ਹੈ ਮੈਂ ਕੋਈ ਇਹ ਨਹੀਂ ਮੈਨੂੰ ਕਰਮ ਦਿਸਿਆ ਕਿ ਜੀ ਇਹਦੇ ਕਰਕੇ ਮੈਨੂੰ ਇਹ ਫਲ ਮਿਲਦਾ। ਉਹ ਕਹਿੰਦੇ ਤੂੰ ਦੇਖ ਧ੍ਰਿਤਰਾਸ਼ਟਰ ਦਿਵ ਦ੍ਰਿਸ਼ਟ ਦਿੱਤੀ 104 ਜਨਮ 107 ਜਨਮ ਇਹ ਪਹਿਲਾਂ ਵੇਖ ਤੇ ਬੱਚਾ ਸੀ 5 ਸਾਲ ਦਾ ਸੀ ਸ਼ਰਾਰਤਾਂ ਕਰਦੇ ਟਿੱਡੇ ਦੀਆਂ ਅੱਖਾਂ 'ਚ ਤੈਂ ਸੂਲ ਮਾਰੀ 5 ਸਾਲ ਦੇ ਬੱਚਾ ਹੀ ਸੀ ਚਾਹੇ ਉਹ ਉਸ ਕਰਕੇ ਤੈਨੂੰ ਅੰਨਾ ਹੋਣਾ ਪਿਆ। ਫਿਰ 100 ਬੱਚਾ ਕਹਿੰਦੇ ਤੈਂ ਜਿਹੜੇ ਸੀ ਸਾਰਸ ਇੱਕ ਸਾਰਸ ਤੇ ਇੱਕ ਹੰਸ ਬਹੁਤ ਸੈਂਸਿਟਿਵ ਪੰਛੀ ਨੇ ਇਹ ਆਪਣੇ ਬੱਚਿਆਂ ਦਾ ਵਿਯੋਗ ਨਹੀਂ ਸਹਿ ਸਕਦੇ ਤੂੰ ਕੀ ਕੀਤਾ ਇੱਕ ਦਿਨ ਸ਼ਿਕਾਰ ਕੋਈ ਆਇਆ ਨਾ ਹੱਥ ਤੇ ਤੈਂ ਕਿਹਾ ਕਿ ਚਲੋ ਸਾਰਸ ਪਾਲੇ ਨੇ 100 ਇਹਨਾਂ ਨੂੰ ਇਹ ਜਿਹੜੇ ਹੰਸ ਦੇ ਬੱਚੇ ਸੀ ਹੰਸ ਪਾਲੇ ਨੇ ਇਹਨਾਂ ਚੋਂ ਇੱਕ ਨੂੰ ਬਣਾ ਲਓ। ਹੰਸ ਮਾਨ ਸਰੋਵਰ ਤੇ ਗਏ ਸੀ ਇੱਕ ਇੱਕ ਕਰਦੇ ਨੇ ਸਵਾਦ ਲੱਗੇ 100 ਦੇ 100 ਛਕ ਲਏ ਜਦੋਂ ਆਏ ਉਹ 3 ਮਹੀਨੇ 10 ਦਿਨ ਬਾਅਦ ਤਾਂ ਉਹਨਾਂ ਨੇ ਦੇਖਿਆ ਕਿ ਸਾਡੇ ਬੱਚੇ ਤਾਂ ਇਹਨੇ ਖਾ ਲਏ ਉਹਦੇ ਮਹਿਲਾਂ ਦੇ ਦੁਆਲੇ ਇਹ ਹੰਸਾਂ ਦੇ ਮਾਪੇ ਘੁੰਮਦੇ ਨੇ ਸ਼ਰਾਫ ਦਿੰਦੇ ਨੇ ਕਿ ਰਾਜਨ ਜਿਸ ਤਰ੍ਹਾਂ ਤੂੰ ਇਹ ਕੀਤਾ ਵਿਯੋਗ ਚ ਅਸੀਂ ਮਰ ਰਹੇ ਹਾਂ ਬੱਚਿਆਂ ਦੇ ਤੂੰ ਵੀ ਇਸੇ ਤਰ੍ਹਾਂ ਦੇ ਨਾਲ ਰੋਵੇਂਗਾ ਪਛਤਾਵੇਂਗਾ। ਕਹਿੰਦੇ ਉਹ ਫਲ ਤੈਨੂੰ ਮਿਲਿਆ ਇਹ ਫਲ ਤਾਂ ਕੋਈ ਵੀ ਕਰੋ ਕਹਿੰਦੇ ਉਹਦਾ ਫਲ ਮਿਲਦਾ ਹੀ ਮਿਲਦਾ ਹੈ ਫਲ ਦਿੱਤਿਆਂ ਵਾਜ ਨਾ ਜਾਣਾ ਜਾਣਾ ਬਾਜ ਪਿਆ
ਧਰਮ ਗਵਾ ਹੱਲਿਆ ਇਸਤਰੀ ਸਾਰਿਆਂ ਦੇ ਜ਼ਿਕਰ ਨੇ ਕਰਮਾਂ ਦੇ ਫਲਾਂ ਸਵਾਮੀ ਰਹਿਤ ਹਜ਼ੂਰ ਰੋਵੇ ਜਨਮੇਜਾ ਹੁਣ ਜਨਮੇਜਾ ਤਰਕ ਕਰਦਾ ਫਿਰ ਰੋਂਦਾ ਕਿਹਾ ਸੀ ਮਹਾਂਪੁਰਸ਼ਾਂ ਨੇ ਬਿਆਸ ਜੀ ਨੇ ਦੱਖਣ ਦਿਸ਼ਾ ਵੱਲ ਨਾ ਜਾਈ ਘੋੜੀ ਤੇ ਨਾ ਚੜੀ ਅਨ ਆਰੀਅਨ ਲੜਕੀ ਨਾ ਲੈ ਕੇ ਆਈ ਉਹ ਸਾਰੀਆਂ ਗੱਲਾਂ ਕਰ ਲਈਆਂ ਕਹਿੰਦਾ ਮੈਂ ਨਹੀਂ ਕਰਾਂਗਾ ਘੋੜੇ ਅਸਤਵਰ ਚ ਘੋੜੇ ਬਜ਼ੁਰਗ ਹੋ ਗਏ ਸਲਾਹਕਾਰ ਸਲਾਹ ਦਿੰਦੇ ਕਹਿੰਦੇ ਕੋਈ ਕੰਮ ਐਸਾ ਨਹੀਂ ਜਿਹੜਾ ਨਾ ਹੋ ਸਕੇ ਉਹਦਾ ਹੱਲ ਹੈ ਚਲੋ ਘੋੜੀ ਨਾ ਖਰੀਦੋ ਘੋੜੇ ਖਰੀਦ ਲਓ ਇੱਕ ਸਦਾਗਰ ਸੋਹਣੀ ਘੋੜੀ ਲੈ ਕੇ ਆ ਕਹਿੰਦੇ ਚਲੋ ਇਹ ਖਰੀਦ ਲਓ ਚੜ੍ਹਿਓ ਨਾ ਹੁਣ ਉਹ ਚਾਲ ਕਢਾਉਣੀ ਕਹਿੰਦੇ ਚਲੋ ਦੱਖਣ ਦਿਸ਼ਾ ਵੱਲ ਨਾ ਜਾਇਓ ਉਹ ਸਾਰੀਆਂ ਗੱਲਾਂ ਹੋ ਗਈਆਂ ਚੜ ਗਿਆ ਦਿਸ਼ਾ ਭਰਮ ਹੋ ਗਿਆ ਦੱਖਣ ਦਿਸ਼ਾ ਵੱਲ ਚਲਾ ਗਿਆ ਅਨ ਆਰੀਅਨ ਬੀਬੀ ਲੈ ਆਇਆ ਫਿਰ ਰੋਂਦਾ ਉਹ ਹੱਸਦੇ ਸੀ ਬੱਚੇ ਆਏ ਬ੍ਰਾਹਮਣ ਤਾਂ ਆਏ ਨਾ 18 ਗੋਤਾਂ ਦੇ ਬੱਚੇ ਬ੍ਰਾਹਮਣਾਂ ਦੇ ਲਿਆਂਦੇ ਬਦਨਾਮੀ ਦੂਰ ਕਰਨ ਵਾਸਤੇ ਕਿ ਚਲੋ ਜੱਗ ਕਰੀਏ ਪਰ ਉਹ ਗੁੱਸਾ ਆਇਆ ਤਾਂ ਆਪਣੀ ਗੱਲ ਤੇ ਹੱਸੇ ਉਹ ਸਾੜੀ ਦਾ ਪੱਲੂ ਉੱਡਿਆ ਇਹ ਨੇ ਕਿਹਾ ਕਿ ਮੇਰੀ ਰਾਣੀ ਤੇ ਹੱਸਦੇ ਨੇ ਚੁੱਕ ਚੁੱਕ ਕੇ ਬੱਚੇ ਕੜਾਹਾਂ ਸੁੱਟ ਦਿੱਤੇ ਜਿਨ੍ਹਾਂ ਚ ਖੀਰ ਉਬਲਦੀ ਸੀ ਸਬਜ਼ੀਆਂ ਬਣਦੀਆਂ ਸਨ ਉਹਨਾਂ ਚ ਉਬਾਲ ਉਬਾਲ ਕੇ ਮਾਰ ਦਿੱਤੇ ਫਿਰ ਵਿਆਸ ਜੀ ਕਹਿੰਦੇ ਦੇਖਿਆ ਜੀ ਭਾਰਤ ਤੇ ਕਰਮਾ ਜੈਸਾ ਵੀ
ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਸੋ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ, ਭਾਗਾਂ ਵਾਲਿਓ ਜਿਹੜੇ ਸਤਸੰਗ ਦੇ ਵਿੱਚ ਚੱਲ ਕੇ, ਕੱਲ ਦਾ ਸਤਸੰਗ ਇਸ ਪੰਡਾਲ ਦਾ ਬਾਕੀ ਹੈ। ਗੁਰੂ ਕਿਰਪਾ ਕਰ ਇੱਥੋਂ ਵਿਚਾਰ ਕੱਲ ਦੇ ਸਤਸੰਗ ਵਿੱਚ ਪੂਰੀ ਕਰਨ ਦਾ ਯਤਨ ਕਰਾਂਗੇ। ਸਮੇਂ ਸਿਰ ਪਹੁੰਚੋ, ਸਮੇਂ ਸਿਰ ਸਮਾਪਤੀ ਹੋ ਜਾਂਦੀ ਹੈ। 11 ਵਜੇ ਤੱਕ ਸਾਰੀ ਸਮਾਪਤੀ ਹੋ ਕੇ ਘਰਾਂ ਨੂੰ ਚਾਲੇ ਪਾ ਸਕਦੇ ਹਾਂ। ਸਮੇਂ ਸਿਰ ਪਹੁੰਚੋ, ਕੱਲ ਨੂੰ ਫੇਰ ਆਪਾਂ ਵਿਚਾਰ ਸ਼ੁਰੂ ਕਰਾਂਗੇ। ਸਮਾਂ ਤਾਂ ਲੰਘ ਹੀ ਜਾਂਦਾ ਹੈ, ਜਿਹੜੇ ਮੌਖਿਕ ਬਚਨ ਹੁੰਦੇ ਨੇ ਭੁੱਲ ਭੁਲਾ ਜਾਂਦੇ ਨੇ। ਹੁਣ ਗੁਰਬਾਣੀ ਲਿਖਤ ਚ ਆ ਗਈ, ਗੁਰੂ ਦਾ ਸਰੂਪ ਹੈ ਬਾਣੀ, ਗੁਰੂ ਗੁਰੂ ਹੈ ਬਾਣੀ, ਸੇਧ ਦੇ ਰਹੀ ਹੈ ਇਹ ਬਾਣੀ ਦੀ ਵਿਚਾਰ। ਮਹਾਂਪੁਰਸ਼ਾਂ ਨੇ ਅਨੁਭਵ ਚੋਂ ਕੀਤੀ, ਸਤਸੰਗਾਂ ਦੇ ਵਿੱਚ ਆਈ, ਉਹ ਪੁਸਤਕਾਂ ਬਣ ਗਈਆਂ, ਆਤਮ ਮਾਰਗ ਚ ਸਮੇਂ ਸਮੇਂ ਸਿਰ ਛਪਦੀ ਰਹੀ ਹੈ। ਸੋ ਜ਼ਰੂਰ ਘਰਾਂ ਚ ਲੈ ਕੇ ਜਾਓ। ਤੁਹਾਡੇ ਤਾਂ ਇੱਥੇ ਲਾਇਬ੍ਰੇਰੀ ਵੀ ਖੋਲ੍ਹੀ ਪੱਟੋਂ, ਬਾਬਾ ਰਾਮ ਸਿੰਘ ਜੀ ਦੇ ਘਰ ਗ੍ਰਹਿ ਦੇ ਅੰਦਰ ਕਿੱਡੀ ਕਿਰਪਾ ਹੋ ਗਈ, ਬੀਜ ਕਿੱਡਾ ਵੱਡਾ ਬ੍ਰਿਕਸ਼ ਬਣ ਗਿਆ। 15 ਸਾਲ ਦੇ ਸਮੇਂ ਦੇ ਵਿੱਚ ਹੀ ਇੱਥੇ ਕੇਂਦਰ ਵੀ ਬਣ ਗਿਆ, ਰਤਵਾੜਾ ਸਾਹਿਬ ਵਿਸ਼ਵ ਗੁਰਮਤ ਰੂਹਾਨੀ ਮਿਸ਼ਨ ਦੀ ਬ੍ਰਾਂਚ ਬੇਲਾ ਰਾਮਗੜ੍ਹ ਵਿੱਚ ਕਾਇਮ ਹੋ ਚੁੱਕੀ ਹੈ, ਜਿੱਥੇ ਕਿੱਡੇ ਪਰੋਪਕਾਰ ਦੇ ਕਾਰਜ ਥੋੜੇ ਸਮੇਂ 'ਚ ਹੀ ਹੋ ਰਹੇ ਹਨ। ਸੋ ਬਹੁਤ ਸਹਿਯੋਗ ਮਿਲ ਰਿਹਾ ਹੈ, ਕਿੰਨੇ ਪ੍ਰੇਮੀਆਂ ਨੂੰ ਸੇਵਾ ਮਿਲੀ ਹੈ, ਕਿੰਨੇ ਰੋਗੀ ਕਾ ਪ੍ਰਭ ਖੰਡੋ ਰੋਗ, ਬਾਹਰੋਂ ਡਾਕਟਰ ਆ ਕੇ ਉੱਥੇ ਨਿਵਾਸ ਰੱਖ ਰਹੇ ਨੇ, ਡਾਕਟਰ ਮੱਕੜ ਇੰਗਲੈਂਡ ਤੋਂ ਆ ਕੇ ਰਹਿ ਰਹੇ ਨੇ ਸੁੱਖ ਆਰਾਮ ਛੱਡ ਕੇ। ਆ ਡਾਕਟਰ ਪ੍ਰੀਤੀ ਹੈ, ਦਰਿਆ ਦੇ ਪਵਿੱਤਰ ਕਿਨਾਰੇ ਤੇ ਬੈਠੀ ਹੈ, ਦਿਨ ਰਾਤ ਸੇਵਾ ਕਰ ਰਹੀ ਹੈ, ਕਿੰਨੇ ਹੀ ਲੱਗੇ ਹੋਏ ਨੇ। ਸੋ ਇਸੇ ਸੰਗਤ ਦਾ, ਸੋਭਤ ਦਾ, ਸ਼ੌਹਰਤ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰੀਏ। ਹਰ ਚੜ੍ਹਦੀ ਪੂਰਨਮਾਸੀ ਇੱਥੇ ਮਨਾਈ ਜਾਂਦੀ ਹੈ, ਮੰਤਰ ਚਿਕਿਤਸਾ ਅਪਣਾਈ ਜਾਂਦੀ ਹੈ, ਕਿੰਨੇ ਰੋਗ ਦੂਰ ਹੁੰਦੇ ਨੇ। ਦੂਜੇ ਪਾਸੇ ਪੂਰਨਮਾਸੀ ਰਤਵਾੜਾ ਸਾਹਿਬ ਮਨਾਈ ਜਾਂਦੀ ਹੈ। ਸੋ ਜਦੋਂ ਵੀ ਸਮਾਂ ਬਣੇ ਇਹ ਸੰਗਤ ਦਾ ਲਾਹਾ ਲਿਆ ਕਰੋ। ਆਓ ਜਿਹੜੇ ਨਹੀਂ ਵੀ ਬੋਲੇ ਉਹ ਹੁਣ ਜ਼ਰੂਰ ਰਸਨਾ ਪਵਿੱਤਰ ਕਰੋ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਗੁਰੂ ਮੈਂ ਪਾ ਸਤਿਗੁਰ ਦਾ ਪਾਇਆ ਸਹਿਜ ਸੁਖੀ ਮਨ ਵਜਿਆ ਸਾਰਨਾ
नाम हर दे लागे बाबा नाम जिताज को आज जितोया नाम बाजे तना 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 तेरा पंत काल का तना
ਵਾਹਿਗੁਰੂ 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 ਵਾਹਿਗੁਰੂ